ਮੈਂ ਤੁਹਾਡਾ ਸਵਾਗਤ ਇਸ ਸੈਸ਼ਨ ਚ ਕਰਨਾ ਚਾਹੁੰਦਾ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਕਿਵੇਂ ਮਸੀਹ ਨੂੰ ਦੂਜੇ ਲੋਕਾਂ ਨਾਲ ਵੰਡੀਏ। ਇੱਕ ਵਾਰੀ ਜਦੋਂ ਤੁਸੀਂ ਯੇਸ਼ੂ ਨੂੰ ਜਾਣ ਲੈਂਦੇ ਹੋ ਤੇ ਉਹ ਤੁਹਾਡੇ ਜੀਵਨ ਨੂੰ ਬਦਲ ਦਿੰਦਾ, ਤੁਸੀਂ ਦੂਜਿਆਂ ਨੂੰ ਦੱਸਣਾ ਚਾਹੁੰਦੇ ਹੋ। ਸਭ ਤੋਂ ਵੱਡਾ ਆਨੰਦ ਜਿਹੜਾ ਤੁਹਾਡੇ ਕੋਲ ਹੋਵੇਗਾ ਉਹ ਇਹ ਆ ਕਿ ਦੂਜਿਆਂ ਨੂੰ ਦੱਸਣਾ ਕਿ ਮਸੀਹ ਨੇ ਤੁਹਾਡੇ ਲਈ ਕੀ ਕੀਤਾ ਹੈ, ਤੇ ਫਿਰ ਕਿਸੇ ਨੂੰ ਮਸੀਹ ਵਿੱਚ ਆਉਂਦੇ ਵੇਖਣਾ ਬਹੁਤ ਹੀ ਉਤੇਜਨਾ ਭਰਿਆ ਹੈ। ਬਹੁਤ ਸਾਰੇ ਲੋਕਾਂ ਨੇ ਇਹਦਾ ਅਨੁਭਵ ਨਹੀਂ ਕੀਤਾ ਹੈ। ਪਰਮੇਸ਼ਰ ਚਾਹੁੰਦਾ ਕਿ ਤੁਸੀਂ ਇਹਦਾ ਅਨੁਭਵ ਕਰੋ, ਆਪਣਾ ਵਿਸ਼ਵਾਸ ਦੂਜਿਆਂ ਨਾਲ ਵੰਡੋ, ਅਤੇ ਫਿਰ ਸ਼ਾਇਦ ਤੁਸੀਂ ਕੁਝ ਲੋਕਾਂ ਨੂੰ ਮਸੀਹ 'ਚ ਵੀ ਆਉਂਦੇ ਹੋਏ ਵੇਖੋਗੇ, ਤੇ ਪਰਮੇਸ਼ਵਰ ਤੁਹਾਨੂੰ ਵਰਤਣਾ ਚਾਹੁੰਦਾ ਹੈ ਕਿਉਂਕਿ ਤੁਸੀਂ ਮਹੱਤਵਪੂਰਨ ਹੋ। ਤੇ ਮੈਂ ਵੇਨ ਜੈਨਿਕਨਸ ਦੇ ਨਾਲ ਹਾਂ, ਤੇ ਵੇਨ ਬਹੁਤ ਹੀ ਵਧੀਆ ਸਮਾਂ ਰਿਹਾ ਹੈ, ਅਸੀਂ ਆਪਸ 'ਚ ਵੰਡਿਆ ਹੈ ਪਵਿੱਤਰ ਆਤਮਾ ਬਾਰੇ, ਕਿਵੇਂ ਅਸੀਂ ਆਪਣੀ ਗਵਾਹੀ ਦੂਜਿਆਂ ਨੂੰ ਵੰਡ ਸਕਦੇ ਹਾਂ, ਤੇ ਪ੍ਰਾਰਥਨਾ ਦੇ ਬਾਰੇ ਜੇ ਲੋਕਾਂ ਦੇ ਨਾਲ ਰਿਸ਼ਤੇ ਬਣਾਉਣੇ। ਤੇ ਅਸੀਂ ਇੱਥੇ ਬਹੁਤ ਹੀ ਵਿਵਹਾਰਿਕ ਹੋ ਰਹੇ ਹਾਂ ਕਿ ਕਿਵੇਂ ਅਸੀਂ ਆਪਣੇ ਰਿਸ਼ਤੇ ਦੂਜੇ ਲੋਕਾਂ ਨਾਲ ਬਣਾ ਸਕਦੇ ਹਾਂ, ਕਿਉਂਕਿ ਉਹ ਰਿਸ਼ਤੇ ਇਮਾਨਦਾਰ ਨੇ, ਤੇ ਅਸੀਂ ਉਹਨਾਂ ਦੇ ਨਾਲ ਦੁਨੀਆਂ ਦੀ ਸਭ ਤੋਂ ਮਹਾਨ ਖਬਰ ਵੰਡਣਾ ਚਾਹੁੰਦੇ ਹਾਂ ਦੁਨੀਆਂ ਦੇ ਨਾਲ। ਤੇ ਹੁਣ ਸਭ ਤੋਂ ਵੱਡੀ ਸਮੱਸਿਆ ਜੋ ਮੈਂ ਵੇਖੀ ਹੈ ਉਹ ਹੈ ਸ਼ੁਰੂ ਕਰਨਾ, ਯਾਨੀ ਕਿ ਸ਼ੁਰੂ ਕਰਨਾ ਹੀ ਸਭ ਤੋਂ ਔਖਾ ਹੁੰਦਾ ਹੈ। ਪਰ ਸਭ ਤੋਂ ਜ਼ਿਆਦਾ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਗੱਲ ਕਿ ਸ਼ੁਰੂ ਕਰਕੇ ਕਿਸੇ ਨੂੰ ਮਸੀਹ ਦੇ ਬਾਰੇ ਵੰਡਣਾ ਅਤੇ ਉਹਨੂੰ ਦੱਸਣਾ। ਅਸੀਂ ਕਿਵੇਂ ਸ਼ੁਰੂ ਕਰ ਸਕਦੇ ਹਾਂ, ਅਸੀਂ ਕਿਵੇਂ ਕਿਸੇ ਦੇ ਨਾਲ ਗੱਲ ਕਰ ਸਕਦੇ, ਵਿਵਹਾਰਿਕ ਤੌਰ 'ਤੇ ਕਿੱਥੋਂ ਸ਼ੁਰੂ ਕਰੀਏ? ਭਾਵੇਂ ਕਿ ਕੋਈ ਹੋਵੇ ਜਿਹਦੇ ਨਾਲ ਤੁਸੀਂ ਰਿਸ਼ਤਾ ਬਣਾਇਆ ਹੈ, ਕਈ ਵਾਰ ਤੁਸੀਂ ਉਹਨਾਂ ਨਾਲ ਬੈਠੇ ਹੁੰਦੇ ਹੋ, ਤੁਸੀਂ ਉਹਨਾਂ ਦੇ ਮਿੱਤਰ ਹੋ, ਤੁਸੀਂ ਸ਼ੁਰੂ ਕਰ ਰਹੇ ਹੋ, ਕਿੱਥੋਂ ਸ਼ੁਰੂ ਕਰਨਾ? ਕਈ ਵਾਰੀ ਸਾਡੇ ਲਈ ਇਹ ਬੜਾ ਅਜੀਬ ਹੁੰਦਾ ਹੈ, ਇਹ ਹੋਰ ਵੀ ਅਜੀਬ ਹੋ ਜਾਂਦਾ ਹੈ ਜਦੋਂ ਤੁਸੀਂ ਕਿਸੇ ਨੂੰ ਕਿਸੇ ਥਾਂ 'ਤੇ ਮਿਲਦੇ ਹੋ ਅਤੇ ਪਰਮੇਸ਼ੁਰ ਤੁਹਾਨੂੰ ਮੌਕਾ ਦਿੰਦਾ ਹੈ ਅਤੇ ਤੁਸੀਂ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਹੋ। ਮੈਂ ਵੇਖਿਆ ਗੱਲਬਾਤ ਦਾ ਇੱਕ ਸੁਭਾਵਿਕ ਵਹਾਅ ਹੁੰਦਾ ਹੈ ਜੋ ਤੁਹਾਨੂੰ ਉੱਥੇ ਲੈ ਕੇ ਜਾਵੇਗਾ। ਇੱਕ ਹੈ ਉਹਨਾਂ ਦੇ ਪਰਿਵਾਰ ਬਾਰੇ ਗੱਲ ਕਰਨਾ, ਸੈਮੀ ਤੁਹਾਡੇ ਕਿੰਨੇ ਬੱਚੇ ਨੇ? ਅਤੇ ਉਹ ਕਹਿਣਗੇ ਹਾਂ ਹਾਂ ਮੇਰੇ ਬੱਚੇ ਨੇ। ਕੀ ਤੁਸੀਂ ਮੇਰੇ ਪੋਤੇ ਪੋਤੀਆਂ ਦੀ ਫੋਟੋ ਵੇਖਣਾ ਚਾਹੋਗੇ? ਉਹ ਇਹਦੇ ਬਾਰੇ ਗੱਲ ਕਰਨਗੇ ਅਤੇ ਤੁਸੀਂ ਇਹਦੇ ਬਾਰੇ ਉਹਨਾਂ ਨਾਲ ਗੱਲ ਕਰ ਰਹੇ ਹੋ ਜੋ ਉਹਨਾਂ ਲਈ ਮਹੱਤਵਪੂਰਨ ਹੈ। ਮਹੱਤਵਪੂਰਨ ਹੈ। ਫਿਰ ਉਹਨਾਂ ਦੇ ਕਿੱਤੇ ਬਾਰੇ ਗੱਲ ਕਰੋ, ਜਾਂ ਫਿਰ ਉਹ ਸਕੂਲ 'ਚ ਹੋਣਗੇ, ਨਿਰਭਰ ਕਰਦਾ ਕਿ ਤੁਸੀਂ ਕਿਸ ਉਮਰ ਨਾਲ ਗੱਲ ਕਰਦੇ ਹੋ। ਤੁਹਾਡੇ ਕਾਰੋਬਾਰ 'ਚ ਤੁਹਾਡਾ ਕੰਮ ਕੀ ਹੈ, ਤੁਹਾਡਾ ਕੀ ਰੋਲ ਹੈ, ਮੈਨੂੰ ਇਹਦੇ ਬਾਰੇ ਕੁਝ ਦੱਸੋ। ਫਿਰ ਤੁਸੀਂ ਇੱਕ ਸ਼ਬਦ ਨੂੰ ਲੱਭਣਾ ਚਾਹੋਗੇ ਜੋ ਕਿ ਇੱਕ ਧਾਰਮਿਕ ਸ਼ਬਦ ਹੈ ਅਤੇ ਨਿਊਟਰਲ ਸ਼ਬਦ ਹੈ, ਜੋ ਕਿ ਨਿਊਟਰਲ ਹੈ। ਦੂਜੇ ਸ਼ਬਦਾਂ 'ਚ ਇੱਕ ਇਹੋ ਜਿਹਾ ਸ਼ਬਦ ਜਿਹਨੂੰ ਇੱਕ ਅਵਿਸ਼ਵਾਸੀ ਵੀ ਸਮਝ ਸਕਦਾ ਹੈ ਅਤੇ ਇੱਕ ਚਰਚ ਵਾਲਾ ਵੀ ਸਮਝ ਸਕਦਾ ਹੈ। ਕੋਈ ਜਿਹੜਾ ਆਪਣੀ ਸੋਚ ਵਿੱਚ ਧਰਮ ਨਿਰਪੇਖ ਹੈ ਅਤੇ ਕੋਈ ਜਿਹੜਾ ਆਪਣੀ ਸੋਚ ਵਿੱਚ ਧਰਮੀ ਹੈ। ਹੁਣ ਗੱਲ ਇਹ ਹੈ ਕਿ ਜਿਹੜੇ ਬੰਦੇ ਨਾਲ ਮੈਂ ਗੱਲ ਕਰ ਰਿਹਾ ਉਹ ਬਹੁਤ ਜ਼ਿਆਦਾ ਧਰਮ ਨਿਰਪੇਖ ਹੈ ਅਤੇ ਉਹ ਇੱਥੇ ਉਹਨਾਂ ਚੀਜ਼ਾਂ ਬਾਰੇ ਸੋਚਦਾ ਹੈ ਜਿਹੜੀਆਂ ਉਹ ਕਰਨਾ ਚਾਹੁੰਦਾ ਹੈ ਰੋਜ਼ਾਨਾ ਦੀਆਂ ਜਿਨ੍ਹਾਂ ਦਾ ਆਤਮਿਕਤਾ ਨਾਲ ਕੋਈ ਸੰਬੰਧ ਨਹੀਂ ਹੈ। ਅਤੇ ਮੈਂ ਇੱਥੋਂ ਆਤਮਿਕਤਾ ਤੋਂ ਚੱਲ ਰਿਹਾ ਕਿ ਉਹਦੇ ਨਾਲ ਗੱਲ ਕਰਾਂ। ਮੈਂ ਕੁਝ ਅਰਥਪੂਰਕ ਗੱਲਾਂ ਕੀਤੀਆਂ ਨੇ ਉਹਦੇ ਪਰਿਵਾਰ ਬਾਰੇ, ਉਹਦੇ ਕੰਮ ਬਾਰੇ। ਉਹ ਉਹਨਾਂ ਨੂੰ ਮੇਰੇ ਨਾਲ ਵੰਡਣਾ ਚਾਹੁੰਦਾ ਸੀਗਾ ਅਤੇ ਸਾਡਾ ਇੱਕ ਨਜ਼ਦੀਕੀ ਸੰਬੰਧ ਬਣ ਰਿਹਾ ਹੈ। ਅਤੇ ਮੈਂ ਕਹਿੰਦਾ ਸੈਮੀ ਇੱਕ ਗੱਲ, ਜਦੋਂ ਤੁਸੀਂ ਚਰਚ ਜਾਂਦੇ ਹੋ ਤੁਸੀਂ ਕਿਉਂ ਚਰਚ ਜਾਂਦੇ ਹੋ? ਮੈਂ ਉਹਨੂੰ ਇਹ ਨਹੀਂ ਪੁੱਛਿਆ ਤੁਸੀਂ ਕਿੰਨੀ ਵਾਰ ਚਰਚ ਜਾਂਦੇ ਹੋ, ਕਿੰਨੀ ਵਾਰ। ਇਹ ਵੀ ਕੰਮ ਕਰਨ ਦਾ ਇੱਕ ਤਰੀਕਾ ਹੈ, ਤੁਸੀਂ ਜਾਣਦੇ ਹੋ। ਹੁਣ ਇਹ ਸਮਾਨਤਰ ਹੈ, ਪਰ ਇਹੋ ਜਿਹੇ ਕਈ ਲੋਕਾਂ ਦੇ ਕਈ ਦੇਸ਼ਾਂ ਦੇ ਕੋਲੇ ਜਾ ਰਿਹਾ ਜਿੱਥੇ ਉਹ ਚਰਚ ਬਾਰੇ ਸੁਣਿਆ ਵੀ ਨਹੀਂ ਹੈ। ਹੁਣ ਤੁਸੀਂ ਉਹਨਾਂ ਦੇਸ਼ਾਂ ਜਿੱਦਾਂ ਕਿ ਈਰਾਨ ਹੈ, ਚੀਨ ਹੈ, ਜਾਂ ਕੁਝ ਹੋਰ ਦੇਸ਼ ਜਿੱਥੇ ਚਰਚਾਂ ਆਮ ਨਹੀਂ ਹੈ ਕਿ ਹਰ ਇੱਕ ਗਲੀ ਦੇ ਵਿੱਚ ਜਾਂ ਹਰ ਇੱਕ ਮੁਹੱਲੇ ਦੇ ਵਿੱਚ ਚਰਚਾਂ ਹੋਣ, ਕੀ ਤੁਸੀਂ ਇਹੋ ਜਿਹੇ ਲੋਕਾਂ ਨੂੰ ਇਹ ਕਹੋਗੇ ਕਿ ਕੀ ਤੁਸੀਂ ਕਦੇ ਕਿਸੇ ਮਸੀਹੀ ਨੂੰ, ਕਿਸੇ ਯੇਸ਼ੂ ਦੇ ਚੇਲੇ ਨੂੰ ਜਾਂ ਯੇਸ਼ੂ ਦੇ ਭਗਤ ਨੂੰ ਮਿਲੇ ਹੋ, ਜਾਂ ਇਹੋ ਜਿਹਾ ਕੁਝ ਹੋਰ? ਇਹੀ ਕਰਨ ਦਾ ਇੱਕ ਤਰੀਕਾ ਹੈ, ਤੁਸੀਂ ਇੱਦਾਂ ਕਰ ਸਕਦੇ ਹੋ ਕਿਉਂਕਿ ਸ਼ਾਇਦ ਹੀ ਉਹਨਾਂ ਨੇ ਯੇਸ਼ੂ ਦਾ ਨਾਂ ਸੁਣਿਆ ਹੋਵੇ। ਇਵੇਂ ਹੋ ਸਕਦਾ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਪਸੰਦ ਨਹੀਂ ਕਰਦੇ ਹਾਂ, ਅਸੀਂ ਉਹਨਾਂ ਨਾਲ ਇੱਦਾਂ ਕਰ ਸਕਦੇ ਹਾਂ। ਯਾਦ ਰੱਖੋ ਕਿ ਅਸੀਂ ਆਪਣੇ ਰਿਸ਼ਤੇ ਨੂੰ ਨਿੱਘਾ ਕਰ ਰਹੇ ਹਾਂ ਕਿ ਅਸੀਂ ਉਹਨਾਂ ਨਾਲ ਗੱਲ ਕਰ ਸਕੀਏ। ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਦਾ ਆਤਮਾ ਕੰਮ ਕਰ ਰਿਹਾ ਹੈ ਉਹਨਾਂ ਦੇ ਜੀਵਨ 'ਚ। ਇੱਕ ਹਿਸਾਬ ਦੇ ਨਾਲ ਚਾਬੀ ਹੈ। ਤੁਸੀਂ ਇੱਥੇ ਪੁੱਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇੱਥੇ। ਜੋ ਮੈਂ ਇੱਥੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ, ਜਦੋਂ ਤੁਸੀਂ ਗੱਲ ਕਰ ਰਹੇ ਹੋ ਆਤਮਿਕ ਜਾਂ ਧਾਰਮਿਕ ਜਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨੂੰ ਲੈ ਲਵੋ, ਸਭ ਤੋਂ ਪਹਿਲਾਂ ਉਹ ਆਪਣਾ ਧਿਆਨ ਜਿਹੜਾ ਉਹਨਾਂ ਤੇ ਲਾਈਏ, ਉਹਨਾਂ ਦੇ ਪਰਿਵਾਰ ਤੇ, ਉਹਨਾਂ ਦੇ ਕੰਮ ਤੇ, ਜਾਂ ਕੁਝ
ਸਕੂਲ ਅਤੇ ਜਦੋਂ ਤੁਸੀਂ ਉਹਨਾਂ ਦੇ ਨਾਲ ਇਹ ਗੱਲਾਂ ਕਰ ਲੈਂਦੇ, ਫਿਰ ਤੁਸੀਂ ਆਤਮਿਕ ਗੱਲਾਂ ਦੀ ਵੱਲ ਵੱਧਦੇ ਹੋ। ਵੇਖੋ, ਮੈਂ ਕਈ ਮੁਸਲਮਾਨ ਦੇਸ਼ਾਂ ਦੇ ਬਾਰੇ ਜਾਣਦਾ ਵਾਂ। ਲੋਕਾਂ ਨੇ ਯੇਸ਼ੂ ਬਾਰੇ ਸੁਣਿਆ ਪਰ ਸਿਰਫ ਨਬੀ ਦੇ ਤੌਰ ਤੇ। ਤਾਂ ਅਸੀਂ ਪੁੱਛ ਸਕਦੇ, ਤੁਸੀਂ ਯੇਸ਼ੂ ਬਾਰੇ ਕੀ ਸੋਚਦੇ ਹੋ? ਇਹ ਬਿਲਕੁਲ ਠੀਕ। ਪਰ ਪੱਛਮੀ ਦੇਸ਼ਾਂ ਦੇ ਵਿੱਚ, ਫੋਰ ਐਗਜ਼ਾਮਪਲ ਬ੍ਰਾਜ਼ੀਲ ਦੇ ਵਿੱਚ ਜਾਂ ਅਮਰੀਕਾ 'ਚ, ਅਸੀਂ ਪੁੱਛ ਸਕਦੇ ਤੁਸੀਂ ਚਰਚ 'ਚ ਕਿੱਥੇ ਜਾਂਦੇ ਹੋ? ਇਹ ਜਿੱਥੇ ਤੁਸੀਂ ਹੋ, ਤੁਹਾਡੀਆਂ ਸਥਿਤੀਆਂ ਅਨੁਸਾਰ ਅੱਗੇ ਚੱਲੋ। ਫਿਰ ਉੱਥੋਂ ਅਸੀਂ ਸੰਦੇਸ਼ ਦੀ ਵੱਲ ਜਾਂਦੇ ਹਾਂ। ਸੰਦੇਸ਼ ਦੇ ਕੋਈ ਵੀ ਤਰੀਕਾ ਤੁਸੀਂ ਵਰਤ ਸਕਦੇ ਹੋ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਵੇਖੋ, ਇੱਥੇ ਮੇਰੇ ਕੋਲ ਇੱਕ ਛੋਟਾ ਜਿਹਾ ਪਰਚਾ ਹੈ, ਪਰਚੇ ਨੇ ਮੇਰੀ ਬੜੀ ਮਦਦ ਕੀਤੀ ਹੈ ਮੇਰੇ ਆਤਮਿਕ ਜੀਵਨ ਵਿੱਚ। ਜੇਕਰ ਤੁਸੀਂ ਗੁੱਸਾ ਨਾ ਕਰੋ ਤਾਂ ਕੀ ਮੈਂ ਤੁਹਾਡੇ ਨਾਲ ਵੰਡ ਸਕਦਾ? ਤੁਸੀਂ ਸੱਚਮੁੱਚ ਉਹਨਾਂ ਨੂੰ ਪੁੱਛ ਰਹੇ ਹੋ? ਤੁਸੀਂ ਸੱਚਮੁੱਚ ਉਹਨਾਂ ਦੀ ਅਨੁਮਤੀ ਮੰਗ ਰਹੇ ਹੋ? ਜੇ ਉਹ ਤੁਹਾਨੂੰ ਅਨੁਮਤੀ ਦੇ ਦੇਣ ਤਾਂ ਫਿਰ ਤੁਸੀਂ ਉਹਨਾਂ ਨਾਲ ਵੰਡਣਾ ਸ਼ੁਰੂ ਕਰੋ। ਤੁਸੀਂ ਨਿਸ਼ਾਨੀਆਂ ਲਾਇਆ ਹੋਇਆ ਨਵਾਂ ਨਿਯਮ ਦੇ ਸਕਦੇ ਹੋ, ਜਿਹਦੇ ਬਾਰੇ ਅਸੀਂ ਬਾਅਦ ਵਿੱਚ ਗੱਲ ਕਰਾਂਗੇ। ਤੁਸੀਂ ਕੁਝ ਵੀ ਦੇ ਸਕਦੇ ਹੋ, ਆਪਣਾ ਕੋਈ ਵੀ ਸਾਧਨ। ਹੁਣ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਦੇਸ਼ ਦੇ ਵਿੱਚ ਉਹਨਾਂ ਕੋਲ ਲਿਟਰੇਚਰ ਨਹੀਂ ਹੈ, ਉਹਨਾਂ ਨੂੰ ਇਸ ਗੱਲ ਦੀ ਮਨਾਹੀ ਹੈ ਲਿਟਰੇਚਰ ਤੋਂ, ਤਾਂ ਉਹ ਕਹਿ ਸਕਦੇ, ਵੇਖੋ ਮੈਂ ਇੱਕ ਵੈਬਸਾਈਟ ਨੂੰ ਜਾਣਦਾ ਵਾਂ ਜਿਹਦੇ ਉੱਤੇ ਬੜਾ ਵਧੀਆ ਮਾਲ ਏ, ਤੇ ਵੇਖੋ ਵੈਬਸਾਈਟ ਕੀ ਏ, ਇੱਕ ਇਲੈਕਟ੍ਰੋਨਿਕ ਪੈਂਫਲੇਟ। ਹਾਂ, ਤੁਸੀਂ ਤੇ ਦੂਜੇ ਸ਼ਬਦਾਂ 'ਚ ਜਾਓ, ਜਾ ਕੇ ਇਹਨੂੰ ਚੈੱਕ ਕਰੋ, ਠੀਕ ਹੈ? ਤੇ ਉਹ ਕਰਨ ਲਈ ਇਸ ਦਾ ਵੀ ਇਸਤੇਮਾਲ ਕਰ ਸਕਦੇ ਨੇ। ਤੇ ਜੇ ਉਹ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕਿਆ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਆਹ ਵਾਲੀ ਵੈਬਸਾਈਟ ਹੈ, ਤੁਸੀਂ ਜਾ ਕੇ ਚੈੱਕ ਕਰਿਓ, ਤੁਸੀਂ ਉਹਨਾਂ ਨੂੰ ਦੇ ਸਕਦੇ ਹੋ। ਤੇ ਇੱਕ ਹੋਰ ਗੱਲ ਹੈ ਇਸ ਸਮੇਂ ਦੇ ਉੱਤੇ, ਜੇਕਰ ਤੁਸੀਂ ਗੁੱਸਾ ਨਾ ਕਰੋਗੇ ਤਾਂ ਮੈਂ ਆਪਣੀ ਗਵਾਹੀ ਤੁਹਾਨੂੰ ਦੱਸਾਂ, ਤੇ ਫਿਰ ਤੁਸੀਂ ਆਪਣੀ ਗਵਾਹੀ ਤੋਂ ਅੱਗੇ ਜਾ ਸਕਦੇ ਹੋ ਤੇ ਕਹੋ, ਵੇਖੋ ਮੇਰੇ ਕੋਲ ਕੁਝ ਹੈ, ਤੁਸੀਂ ਇਸ ਵੈਬਸਾਈਟ ਤੇ ਜਾਓ ਤੇ ਇਹ ਤੁਹਾਡੀ ਮਦਦ ਕਰ ਸਕਦਾ ਹੈ। ਤੇ ਤੁਸੀਂ ਉਹਨਾਂ ਨੂੰ ਖੁਸ਼ਖਬਰੀ ਦਾ ਇੱਕ ਛੋਟਾ ਜਿਹਾ ਪਰਚਾ ਦੇ ਸਕਦੇ ਹੋ, ਉਹਨਾਂ ਨੂੰ ਨਿਸ਼ਾਨੀਆਂ ਲਾਇਆ ਹੋਇਆ ਨਵਾਂ ਨਿਯਮ ਜਾਂ ਕੁਝ ਵੀ ਇਹੋ ਜਿਹਾ ਦੇ ਸਕਦੇ ਹੋ ਜਿਹਦੀ ਵਰਤੋਂ ਤੁਸੀਂ ਉਹਨਾਂ ਦੀ ਮਦਦ ਲਈ ਕਰ ਸਕਦੇ ਹੋ। ਤਾਂ ਕੋਈ ਵੀ ਇੱਕ ਸਾਧਨ ਜੋ ਕਿ ਖੁਸ਼ਖਬਰੀ ਦੀ ਵਿਆਖਿਆ ਦੇ ਸਕੇ, ਉਹਨਾਂ ਨੂੰ ਮਸੀਹ ਤੋਂ ਜਾਣੂ ਕਰਾ ਸਕੇ। ਆਓ ਮੈਂ ਤੁਹਾਨੂੰ ਇੱਕ ਦੋ ਗੱਲਾਂ ਦੱਸਣਾ। ਠੀਕ ਹੈ। ਲੋਕ ਅਮਰੀਕਾ ਦੇ ਵਿੱਚ, ਰੋਮੇਨੀਆ 'ਚ, ਬ੍ਰਾਜ਼ੀਲ ਦੇ ਵਿੱਚ ਇਹ ਕਹਿੰਦੇ ਆ, ਜਿੱਥੇ ਉਹਨਾਂ ਦੇ ਕੋਲ ਇਹਦੇ ਤੱਕ ਪਹੁੰਚੇ ਅਤੇ ਕੁਝ ਬਹੁਤ ਹੀ ਵਧੀਆ ਜਿਹਾ ਸਮਾਨ ਲਓ, ਅਤੇ ਇੱਕ ਬਹੁਤ ਹੀ ਵਧੀਆ ਕਿਤਾਬ ਹੈ ਬਿਲੀ ਗ੍ਰਾਮ ਦੀ, ਜਿਹਨੂੰ ਕਈ ਭਾਸ਼ਾਵਾਂ 'ਚ ਪ੍ਰਕਾਸ਼ਿਤ ਕੀਤਾ, ਜਿਹਦਾ ਨਾਂ ਹੈ ਪਰਮੇਸ਼ਵਰ ਨਾਲ ਸ਼ਾਂਤੀ। ਅਤੇ ਮੈਂ ਜਾਣਦਾ ਕਈ ਭਾਸ਼ਾਵਾਂ ਦੇ ਵਿੱਚ, ਰਸ਼ੀਅਨ ਦੇ ਵਿੱਚ, ਰੋਮੇਨੀਅਨ ਦੇ ਵਿੱਚ, ਪੁਰਤਗੀਜ਼ ਦੇ ਵਿੱਚ ਅਤੇ ਹੋਰ ਵੀ ਕਈ ਭਾਸ਼ਾਵਾਂ 'ਚ ਇਹਨੂੰ ਲਓ ਅਤੇ ਇਹਨੂੰ ਆਪਣੇ ਨਾਲ ਰੱਖੋ, ਅਤੇ ਫਿਰ ਉਹਨਾਂ ਨੂੰ ਕਹੋ ਕਿ ਵੇਖੋ ਇੱਥੇ ਮੇਰੇ ਕੋਲ ਕੁਝ ਹੈ ਜੋ ਤੁਹਾਡੀ ਮਦਦ ਕਰ ਸਕਦਾ ਹੈ, ਜੋ ਮੈਂ ਵੰਡਦਾ। ਥਾਵਾਂ ਨੇ ਜਿੱਥੇ ਉਹ ਆਪਣੀ ਵੈਬਸਾਈਟ ਨੂੰ ਡਿਵੈਲਪ ਕਰ ਸਕਦੇ ਨੇ, ਤਾਂ ਉਹ ਵਰਤ ਸਕਦੇ ਨੇ ਇੱਕ ਇਹੋ ਜਿਹਾ ਕਾਰਡ ਜਿਹੜਾ ਸਾਡੇ ਕੋਲ ਹੈ। ਇੱਕ ਵੈਬਸਾਈਟ ਜੋ ਅਸੀਂ ਬਣਾਈ ਅਤੇ ਮੈਂ ਇਸ ਨੂੰ ਇੱਕ ਵਿਅਕਤੀ ਨਾਲ ਛੱਡ ਕੇ ਜਾ ਸਕਦਾ, ਇਹਦੇ ਵਿੱਚ 10 ਅਲੱਗ ਅਲੱਗ ਭਾਸ਼ਾਵਾਂ ਨੇ ਅਤੇ ਇਹਦੇ 'ਤੇ ਲਿਖਿਆ ਹੈ ਥੈਂਕ ਯੂ। ਇਹ ਜਿਹੜਾ ਮੇਰੇ ਲਈ ਕੰਮ ਕਰ ਸਕਦਾ, ਹੋ ਸਕਦਾ ਉਹ ਵੇਟਰ ਹੋਵੇ, ਕਿਸੇ ਦੁਕਾਨ 'ਤੇ ਕੰਮ ਕਰਦਾ ਹੋਵੇ। ਅਤੇ ਜਦੋਂ ਤੁਸੀਂ ਉਸਨਾਂ ਨੂੰ ਪੈਸੇ ਦਿਓ ਅਤੇ ਤੁਸੀਂ ਇਹ ਕਾਰਡ ਵੀ ਨਾਲ ਦਿਓ ਅਤੇ ਉਹਨਾਂ ਨੂੰ ਕਹੋ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਇਸ ਵੈਬਸਾਈਟ 'ਤੇ ਜ਼ਰੂਰ ਜਾਇਓ ਅਤੇ ਉੱਥੇ ਮੇਰੀ ਗਵਾਹੀ ਨੂੰ ਪੜਿਓ ਅਤੇ ਫਿਰ ਗਵਾਹੀ ਦੱਸਣੀ। ਉਹ ਕਿਹੜੀ ਵੈਬਸਾਈਟ ਹੈ ਜਿੱਥੇ ਜਾ ਕੇ ਉਹ ਇਹਨੂੰ ਲੱਭ ਸਕਦੇ ਨੇ? ਉਹ ਜਾ ਸਕਦੇ ਨੇ ਦ ਵਟ ਆਈ ਵੈਲਿਊ ਮੋਸਟ ਡੋਟ ਕੋਮ 'ਤੇ। ਵਟ ਆਈ ਵੈਲਿਊ ਮੋਸਟ ਡੋਟ ਕੋਮ, ਤੁਹਾਡੀਆਂ ਸਕਰੀਨਾਂ 'ਤੇ ਵਟ ਆਈ ਵੈਲਿਊ ਮੋਸਟ ਡੋਟ ਕੋਮ, ਤੇ ਉਹ ਕਿਸੇ ਦਾ ਵੀ ਨਾਂ ਪਾ ਸਕਦੇ ਨੇ ਅਤੇ ਉਹ ਮੇਰਾ ਨਾਂ ਪਾ ਸਕਦੇ ਨੇ ਵੇਨ ਜਿਨਕਿਨਸ ਅਤੇ ਮੇਰੀ ਕਹਾਣੀ ਪੜ੍ਹ ਸਕਦੇ ਨੇ। ਇਸ ਲਈ ਤੁਸੀਂ ਜਾ ਸਕਦੇ ਹੋ ਵਟ ਆਈ ਵੈਲਿਊ ਮੋਸਟ ਡੋਟ ਕੋਮ, ਇਹ ਤੁਹਾਡੀ ਸਕਰੀਨ ਦੇ ਉੱਤੇ ਆ ਅਤੇ ਤੁਸੀਂ ਉੱਥੇ ਜਾ ਕੇ ਵੇਨ ਜਿਨਕਿਨਸ ਦਾ ਨਾਮ ਪਾ ਕੇ ਉਹਦੇ ਬਾਰੇ ਪੜ੍ਹ ਸਕਦੇ ਹੋ ਅਤੇ ਤੁਸੀਂ ਕਿਸੇ ਦੇ ਨਾਲ ਮਸੀਹ ਨੂੰ ਵੰਡ ਸਕਦੇ ਹੋ।